ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੁਹਾਡੇ ਆਪਣੇ ਚੈਨਲ ਅਰਮੋਲ ਸਾਖੀਆਂ ਵਿੱਚ ਸਵਾਗਤ ਹੈ ਸਾਡੀ ਅੱਜ ਦੀ ਸਾਖੀ ਦਾ ਵਿਸ਼ਾ ਹੈ ਸੰਤਾਂ ਦੀ ਕਿਰਪਾ ਦ੍ਰਿਸ਼ਟੀ ਇਸ ਸਾਖੀ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਵੇਸਵਾ ਦੀ ਜ਼ਿੰਦਗੀ ਸੰਤਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਬਦਲਦੀ ਹੈ ਤੇ ਉਹ ਕਿਸ ਤਰ੍ਹਾਂ ਪ੍ਰਭੂ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਜਾਂਦੀ ਹੈ ਤੇ ਆਪਣੇ ਜੀਵਨ ਨੂੰ ਸਫਲ ਬਣਾ ਲੈਂਦੀ ਹੈ ਇਹ ਸਾਂਖੀ ਐਂਡ ਤੱਕ ਪੂਰੀ ਸੁਣਿਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰਿਓ ਤਾਂ ਜੋ ਕਿ ਸਾਡੀ ਅੱਗੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇੱਕ ਬਦੂਤ ਮਹਾਤਮਾ ਵਰਖਾ ਵਿੱਚ ਭੇਜਦਾ ਤੇ ਚਿਕੜ ਨਾਲ ਲਿਬੜਿਆ ਹੋਇਆ ਠੰਡ ਨਾਲ ਠਰਿਆ ਹੋਇਆ ਜੰਗਲ ਤੋਂ ਉੱਠ ਕੇ ਕਿਸੇ ਨਗਰ ਵਿੱਚ ਆ ਕੇ ਕਿਸੇ ਘਰ ਦੀ ਦੁਆਰ ਨਾਲ ਖੜਾ ਹੋ ਗਿਆ ਪਰੰਤੂ ਉਹ ਘਰ ਵੇਸਵਾ ਦਾ ਸੀ ਉਸੇ ਵੇਸਵਾ ਦੀ ਗੋਲੀ ਨੇ ਮਹਾਤਮਾ ਨੂੰ ਕੰਬਦਾ ਹੋਇਆ ਵੇਖ ਕੇ ਆਪਣੀ ਮਾਲਕਨ ਨੂੰ ਕਹਾ ਕਿ ਤੇਰੇ ਘਰ ਦੀ ਕੰਧ ਨਾਲ ਇੱਕ ਸਾਧੂ ਖੜਾ ਹੋਇਆ ਹੈ ਜੋ ਸਰਦੀ ਨਾਲ ਕੰਬ ਰਹਾ ਹੈ ਵੇਸਵਾ ਨੇ ਕਿਹਾ ਉਸ ਨੂੰ ਉੱਪਰ ਲੈ ਆਵੋ ਤਾਂ ਉਹ ਗੋਲੀ ਸੰਤਾ ਜੀ ਨੂੰ ਉੱਪਰ ਲੈ ਆਈ ਵੇਸਵਾ ਨੇ ਗਰਮ ਜਲ ਕਰਕੇ ਉਸ ਸਾਧੂ ਦੇ ਹੱਥ ਪੈਰ ਚੰਗੀ ਤਰ੍ਹਾਂ ਧੋਤੇ ਗਰਮ ਦੁੱਧ ਪਲਾਇਆ ਤੇ ਭੋਜਨ ਛਕਾਇਆ ਫਿਰ ਪਲੰਗ ਪਿਛਾ ਕੇ ਬਸਤਰ ਪਿਛਾ ਕੇ ਸੁਲਾ ਦਿੱਤਾ ਅਤੇ ਚਰਨ ਦਵਾਨ ਲੱਗ ਪਈ ਮਹਾਤਮਾ ਨੇ ਇੱਕ ਵਾਰ ਨਜ਼ਰ ਭਰ ਕੇ ਉਸ ਵੇਸਵਾ ਦੇ ਵੱਲ ਦੇਖਿਆ ਜਿਸ ਨਾਲ ਉਸ ਵੇਸਵਾ ਦੇ ਦਿਲ ਵਿੱਚ ਸ਼ੋਭ ਵਿਚਾਰ ਪੈਦਾ ਹੋ ਗਏ ਵੈਰਾਗ ਦੀ ਧਾਰਾ ਵਗ ਤੁਰੀ ਫਿਰ ਸੰਤ ਜੀ ਸੌਂ ਗਏ ਪਰ ਵੇਸਵਾ ਬਹੁਤ ਰਾਤ ਤੱਕ ਸ਼ੁੱਧ ਭਾਵਨਾ ਨਾਲ ਮਹਾਤਮਾ ਦੇ ਚਰਨ ਦਬਾਉਂਦੀ ਰਹੀ ਜੈਸੇ ਕਿ ਪੁੱਤਰੀ ਪਿਤਾ ਦੀ ਸੇਵਾ ਕਰਦੀ ਹੈ ਜਦੋਂ ਨਿੰਦਰ ਨੇ ਜ਼ੋਰ ਪਾਇਆ ਤਾਂ ਪਿਛਲੀ ਰਾਤ ਨੂੰ ਵੇਸਵਾ ਸੌਂ ਗਈ ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਮਹਾਤਮਾ ਜੀ ਉੱਠ ਕੇ ਜੰਗਲ ਵਿੱਚ ਚਲੇ ਗਏ ਅਤੇ ਆਪਣੇ ਆਸਨ ਉੱਤੇ ਬੈਠ ਕੇ ਸਮਾਧੀ ਵਿੱਚ ਲੀਨ ਹੋ ਗਏ ਜਦੋਂ ਸੂਰਜ ਚੜਿਆ ਵੇਸਵਾ ਉੱਠੀ ਗੋਲੀ ਤੋਂ ਪਤਾ ਲੱਗਿਆ ਕਿ ਸੰਤ ਜੀ ਚਲੇ ਗਏ ਹਨ ਉਸ ਦਿਨ ਤੋਂ ਵੇਸਵਾ ਨੇ ਸਭ ખોਟੇ ਕਰਮ ਛੱਡ ਦਿੱਤੇ ਅਤੇ ਵਿਸ਼ਿਆਂ ਤੋਂ ਐਸੀ ਸਿੱਖਿਆ ਮਿਲੀ ਕਿ ਸਭ ਧਨ ਪਦਾਰਥ ਆਪਣੇ ਗ੍ਰਹਿਣ ਨੂੰ ਛੱਡ ਕੇ ਉਦਾਸ ਹੋ ਕਰ ਗੰਗਾ ਦੇ ਕਿਨਾਰੇ ਚਲੀ ਗਈ ਅਤੇ ਪ੍ਰਭੂ ਦੀ ਪ੍ਰੇਨਾ ਭਗਤੀ ਕਰਕੇ ਆਪਣੇ ਜਨਮ ਨੂੰ ਸਫਲਾ ਕਰ ਲਿੱਤਾ ਗੁਰਬਾਣੀ ਵਿੱਚ ਵੀ ਲਿਖਿਆ ਹੈ ਨਾਨਕ ਨਦਰੀ ਨਗਰ ਨਿਹਾਲ ਭਾਵੇਂ ਕਿਸੇ ਉੱਤੇ ਰੱਬ ਦੀ ਨਿਗਾਹ ਪੈ ਜਾਵੇ ਤਾਂ ਉਸ ਬੰਦੇ ਦਾ ਜਨਮ ਸਫਲਾ ਹੋ ਜਾਂਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ